ਚੈਨਲ ਸਤਰੰਗ ਦੀ ਸਾਰੀ ਟੀਮ ਨੂੰ ਹੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਜੀ ਆਇਆਂ ਨੂੰ ਔਰ ਜਿੰਨੇ ਵੀ ਸਾਡੇ ਸਾਥੀ ਚੈਨਲ ਸਤਰੰਗ ਨੂੰ ਦੇਖ ਰਹੇ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਪਿੰਡ ਸੁਆਈ ਸਿੰਘ ਵਾਲਾ ਤੋਂ ਔਰ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਆ ਕਿ ਸਾਡੇ ਪਿੰਡ ਦੇ ਹੋ ਰਹੇ ਵਿਕਾਸ ਕਾਰਜਾਂ ਦਾ ਔਰ ਜਿਹਦੇ ਨਾਲ ਪਿੰਡ ਵਾਸੀਆਂ ਦਾ ਜਿਹੜਾ ਆ ਜੀਵਨ ਪੱਧਰ ਆ ਉਹ ਬਿਹਤਰ ਹੋ ਰਿਹਾ ਆ ਸਭ ਤੋਂ ਪਹਿਲਾ ਜਿਵੇਂ ਗੱਲ ਆਉਂਦੀ ਹੈਗੀ ਆ ਪੀਣ ਵਾਲੇ ਸਾਫ ਪਾਣੀ ਦੀ ਉਹਦੇ ਲਈ ਪਿੰਡ ਦੇ ਜਤਨਾ ਸਦਕਾ ਸਮੂਹ ਪਿੰਡ ਦੇ ਜਤਨਾ ਸਦਕਾ ਜਿਹੜਾ ਹੈਗਾ ਆ ਉਹ ਪਾਣੀ ਵਾਲੀ ਟੈਂਕੀ ਔਰ ਸਾਫ ਸੁਥਰਾ ਪਾਣੀ ਜਿਹੜਾ ਉਹ ਘਰ-ਘਰ 'ਚ ਪਹੁੰਚਾਇਆ ਜਾ ਰਿਹਾ ਔਰ ਪੂਰਾ ਸਹਿਯੋਗ ਹੈ ਪਿੰਡ ਵਾਸੀਆਂ ਦਾ ਕਿ ਉਹ ਸਾਫ ਸੁਥਰੇ ਪਾਣੀ ਦੇ ਨਾਲ ਨਾਲ ਉਹ ਅਵੇਅਰ ਵੀ ਨਹੀਂ ਆਪਣੀ ਸਿਹਤ ਪ੍ਰਤੀ ਔਰ ਦੂਸਰੀ ਚੀਜ਼ ਹੈ ਕਿ ਇਹ ਸਾਰੇ ਸਿਸਟਮ ਨੂੰ ਚਲਾਉਣ ਲਈ ਜੋ ਉਹਨਾਂ ਦਾ ਬਣਦਾ ਕੰਟਰੀਬਿਊਟ ਹੈਗਾ ਜੋ ਉਹਨਾਂ ਦਾ ਬਣਦਾ ਹਿੱਸਾ ਜਿਵੇਂ ਪਾਣੀ ਦੇ ਬਿੱਲ ਔਰ ਪਾਣੀ ਵੇਸਟ ਨਾ ਹੋਵੇ ਉਹਦੀ ਸਾਮ ਸੰਭਾਲ ਲਈ ਵੀ ਜਿਹੜੇ ਹੈਗੇ ਨੇ ਉਹ ਸੰਜੀਦਾ ਨਹੀਂ ਸਾਰੇ ਲੋਕ ਅ ਦੂਸਰੀ ਗੱਲ ਆਉਂਦੀ ਹੈਗੀ ਆਪਣੀ ਐਜੂਕੇਸ਼ਨ ਸਿਸਟਮ ਦੀ ਕਿ ਸਾਨੂੰ ਸੇਦ ਸੁਲਤਾਨ ਦੇ ਨਾਲ-ਨਾਲ ਸਾਡਾ ਜਿਹੜਾ ਜੀਵਨ ਪਧਰਿਆ ਉਹ ਸਾਡੀ ਪੜ੍ਹਾਈ ਨੂੰ ਉੱਚਾ ਕਰਨਾ ਯਾਰ ਉਹਦੇ ਲਈ ਸਾਡੇ ਕੋਲੇ ਮਿਡਲ ਸਕੂਲ ਹੈਗਾ ਆ ਸਾਡੇ ਕੋਲੇ ਪ੍ਰਾਇਮਰੀ ਸਕੂਲ ਹੈਗਾ ਆ ਔਰ ਉਹਦੀ ਜਿਹੜਾ ਹੈਗਾ ਬਹੁਤ ਹੀ ਵਧੀਆ ਪੋਜੀਟਿਵਲੀ ਜਿਹੜਾ ਸਟਾਫ ਹੈ ਉਹ ਬੱਚਿਆਂ ਨੂੰ ਪੜ੍ਹਾ ਰਿਹਾ ਆ ਔਰ ਬੱਚਿਆਂ ਦਾ ਅੱਛਾ ਜਿਹੜਾ ਭਵਿੱਖ ਹੈ ਅਸੀਂ ਉਹਦੀ ਕਾਮਨਾ ਕਰਦੇ ਹਾਂ ਔਰ ਪੂਰੇ ਪਿੰਡ ਵਾਸੀਆਂ ਵੱਲੋਂ ਵੀ ਅਸੀਂ ਇਹ ਯਕੀਨ ਦਿਵਾਉਣੀ ਹੈ ਕਿ ਅਸੀਂ ਜਿਹੜੀ ਵੀ ਸਾਡੀਆਂ ਪੜਾਈ ਦੇ ਅ ਪ੍ਰਤੀ ਜਿਹੜੀਆਂ ਜ਼ਿੰਮੇਵਾਰੀਆਂ ਬਣਦੀਆਂ ਔਰ ਬੱਚਿਆਂ ਨੂੰ ਜਿਹੜੀਆਂ ਸਹੂਲਤਾਂ ਦੇਣੀਆਂ ਨੇ ਉਹ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਜੀ ਔਰ ਇਹਦੇ ਨਾਲ ਨਾਲ ਜਿਵੇਂ ਗੱਲ ਹੈਗੀ ਆ ਕਿ ਸਾਂਝ ਵਧਾਉਣ ਦੀ ਗੱਲ ਕਰਦੇ ਆ ਤਾਂ ਉਹਦੇ ਲਈ ਸਾਡੇ ਕੋਲੇ ਕੋਆਪਰੇਟਿਵ ਸੁਸਾਇਟੀ ਜਿਹੜੀ ਹੈਗੀ ਆ ਬਹੁਮੰਤਵੀ ਕੋਆਪਰੇਟਿਵ ਸੁਸਾਇਟੀ ਹੈ ਔਰ ਸਾਡੇ ਤਿੰਨ ਪਿੰਡਾਂ ਦੀ ਪਿੰਡ ਸਵਾਈਸਿੰਗ ਵਾਲਾ ਔਰ ਪਿੰਡ ਨਜਾਮਪੁਰ ਔਰ ਪਿੰਡ ਬੀਸ਼ਨਗੜ ਜਿਹੜਾ ਹੈਗਾ ਉਹਨਾਂ ਤਿੰਨਾਂ ਪਿੰਡਾਂ ਦੀ ਇਹ ਜਿਹੜੀ ਸੋਸਾਇਟੀ ਹੈ ਔਰ ਸਾਡੀਆਂ ਜਿੰਨੀਆਂ ਵੀ ਖੇਤੀ ਦੀਆਂ ਲੋੜਾਂ ਨੇ ਲਗਭਗ ਸਾਡੀਆਂ ਉਹ ਖਾਦ ਔਰ ਸਾਡੀਆਂ ਦਵਾਈਆਂ ਜਿਹੜੀਆਂ ਸਾਡੀਆਂ ਬੇਸਿਕ ਲੋੜਾਂ ਨੇ ਉਹ ਸਾਡੀ ਬਹੁਮੰਤਵੀ ਜਿਹੜੀ ਹੈ ਕੋਆਪਰੇਟਿਵ ਸੋਸਾਇਟੀ ਆ ਸੈਕਟਰੀ ਸਾਡੇ ਪ੍ਰਗਟ ਸਿੰਘ ਉਹਨਾਂ ਦੀ ਦੇਖ ਰੇਖ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਇਸ ਤੋਂ ਅੱਗੇ ਚੱਲਦੇ ਹੈਗੇ ਆ ਪਿੰਡ ਚ ਅਸੀਂ ਜਿਵੇਂ ਧਾਰਮਿਕ ਸਥਾਨ ਨੇ ਔਰ ਉਧਰ ਸਾਡੇ ਕੋਲੇ ਗੁਰਦੁਆਰਾ ਸਾਹਿਬ ਔਰ ਇੱਕ ਮੰਦਿਰ ਵੀ ਹੈ ਔਰ ਗੁਰਦੁਆਰਾ ਸਾਹਿਬ ਦੀ ਮੈਂ ਗੱਲ ਕਰਨਾ ਚਾਹੂੰਗਾ ਵਿਸ਼ੇਸ਼ ਤੌਰ ਤੇ ਸਾਡੇ ਕੋਲੇ ਇੱਥੇ ਜਿਹੜਾ ਸੇਤ ਤੇ ਪੱਖ ਤੋਂ ਅਸੀਂ ਜੇ ਗੱਲ ਕਰਦੇ ਆਂ ਤਾਂ ਪਿੰਡ ਦੇ ਵਿੱਚ ਸਾਡੇ ਕੋਲੇ ਜਿਹੜੀਆਂ ਪ੍ਰਸ਼ਾਦਾ ਪਕਾਉਣ ਵਾਲਾ ਸਿਸਟਮ ਹੈ ਜਿਵੇਂ ਲੋਹਾਂ ਦੀ ਗੱਲ ਆਉਂਦੀ ਹੈਗੀ ਆ ਤਾਂ ਉਹ ਸਾਡੇ ਕੋਲੇ ਜਿਹੜੀਆਂ ਧੂਆ ਰਹਿਤ ਲੋਹਾ ਨੇ ਔਰ ਕੋਈ ਉਧਰ ਤੇ ਪ੍ਰਦੂਸ਼ਣ ਨਹੀਂ ਹੁੰਦਾ ਹੈਗਾ ਔਰ ਜਿਹੜੀ ਵੀ ਉੱਥੇ ਸੰਗਤ ਸੇਵਾ ਕਰਦੀ ਆ ਉਹ ਜਿਹੜੀ ਹੈਗੀ ਆ ਜਿਹੜੀ ਹੈਗੀ ਆ ਬੜੇ ਆਰਾਮ ਨਾਲ ਕਰ ਸਕਦੀ ਹੈ ਔਰ ਉੱਪਰ ਪੱਖੇ ਲੱਗੇ ਹੋਏ ਨੇ ਔਰ ਸਾਈਡ ਤੇ ਉਹਨਾਂ ਦਾ ਜਿਹੜਾ ਧੂਆ ਬਹੁਤ ਪਿੱਛੇ ਨਿਕਲਦਾ ਕੋਈ ਉਹਨਾਂ ਨੂੰ ਹੀਟ ਵਗੈਰਾ ਦੀ ਸਮੱਸਿਆ ਨਹੀਂ ਆਉਂਦੀ ਔਰ ਇਹਦੇ ਨਾਲ ਮੈਂ ਗੱਲ ਕਰਨੀ ਚਾਹੂੰਗਾ ਸਕਿਉਰਿਟੀ ਪਰਪਸ ਤੋਂ ਕਿਉਂਕਿ ਸਾਡਾ ਧਾਰਮਿਕ عقیدہ ਹੈ ਔਰ ਅਸੀਂ ਸਜਦਾ ਕਰਦੇ ਆਂ ਔਰ ਸਾਡੀ ਗੱਲ ਮੈਂ ਇਹਦੇ 'ਚ ਕਰੂੰਗਾ ਨਿਸ਼ਾਨ ਸਾਹਿਬ ਦੀ ਨਿਸ਼ਾਨ ਸਾਹਿਬ ਸਾਡੇ ਜਿਹੜੇ ਨੇ ਉਹ ਇੱਕ ਪ੍ਰਤੀਕ ਨੇ ਸਾਡੇ ਧਰਮ ਦਾ ਔਰ ਉਹਦੇ ਚ ਅਸੀਂ ਜਦੋਂ ਗੱਲ ਕਰਦੇ ਕਿਉਂਕਿ ਨਿਸ਼ਾਨ ਸਾਹਿਬ ਬਹੁਤ ਉੱਚੇ ਲੱਗਦੇ ਨੇ ਉੱਥੇ ਗੱਲ ਆਉਂਦੀ ਆ ਸਿਕਿਉਰਿਟੀ ਦੀ ਕਿ ਜਦੋਂ ਅਸੀਂ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਲਾਇਆ ਤਾਂ ਉੱਥੇ ਕਈ ਵਾਰੀ ਕੋਈ ਅਣਸੁਖਾਣੀ ਘਟਨਾ ਨਾ ਵਾਪਰੇ ਕੋਈ ਹਾਦਸਾ ਨਾ ਹੋਵੇ ਉਹਦੇ ਤਹਿਤ ਅਸੀਂ ਇੱਕ ਬੋਰ ਕਰਵਾ ਕੇ ਨਿਸ਼ਾਨ ਸਾਹਿਬ ਨੂੰ ਜਿਹੜੀ ਉਤਾਰਨਾ ਆ ਉਹ ਸਾਰਾ ਅਸੀਂ ਜ਼ਮੀਨ 'ਚ ਹੀ ਉਤਾਰਦੇ ਹੈਗੇ ਆ ਔਰ ਉਹਦੇ ਚ ਆਟੋਮੈਟਿਕਲੀ ਮੋਟਰ ਔਰ ਲੱਗੀ ਹੋਈ ਆ ਤਾਂ ਕਿ ਉਹ ਨਿਸ਼ਾਨ ਸਾਹਿਬ ਨੂੰ ਜਦੋਂ ਅਸੀਂ ਉੱਪਰ ਚੁੱਕਣਾ ਆ ਤਾਂ ਉਹ ਬੜੇ ਆਰਾਮ ਨਾਲ ਔਰ ਬੜੇ ਆਰਾਮ ਨਾਲ ਹੀ ਅਸੀਂ ਉਹਨਾਂ ਨੂੰ نیچے ਕਰ ਸਕੀਏ ਔਰ ਵਧੀਆ ਤਰੀਕੇ ਨਾਲ ਜਿਹੜੀ ਹੈਗੀ ਨਿਸ਼ਾਨ ਸਾਹਿਬ ਦੀ ਸੇਵਾ ਜਿਹੜੀ ਹੈਗੀ ਇੱਕ ਮਰਿਆਦਾ ਚ ਰਹਿ ਕੇ ਅਸੀਂ ਉਹ ਕਰ ਸਕੀਏ ਸੋ ਇਸ ਤੋਂ ਅਗਲੀ ਗੱਲ ਆਉਂਦੀ ਹੈਗੀ ਆ ਕਿ ਪਿੰਡ ਦੇ ਬਹੁਤ ਸਾਰੇ ਸਾਂਝੇ ਮਸਲੇ ਹੁੰਦੇ ਨੇ ਪਿੰਡ ਦੀਆਂ ਬਹੁਤ ਸਾਰੀਆਂ ਵਿਚਾਰਾਂ ਹੁੰਦੀਆਂ ਨੇ ਉਸ ਵਿਚਾਰ ਲਈ ਜਿਹੜਾ ਪਿੰਡ ਦੇ ਵਿੱਚ ਪੰਚਾਇਤ ਘਰੇ ਆ ਔਰ ਸਾਡੇ ਜਿੰਨੇ ਵੀ ਸਾਂਝੇ ਮਸਲੇ ਨੇ ਪਿੰਡ ਦੇ ਵਿਕਾਸ ਲਈ ਅਸੀਂ ਜੋ ਵੀ ਮੀਟਿੰਗਾਂ ਕਰਦੇ ਆ ਜਾਂ ਸਾਡੇ ਹੋਰ ਵੀ ਜਿਹੜੇ ਸਮਾਜਿਕ ਮਸਲੇ ਨੇ ਅਸੀਂ ਉਹਨਾਂ ਤੇ ਵਿਚਾਰ ਚਰਚਾ ਜਦੋਂ ਕਰਦੇ ਆ ਸਮੂਹ ਪਿੰਡ ਵਾਸੀ ਤਾਂ ਅਸੀਂ ਪੰਚਾਇਤ ਘਰ ਦੇ ਜਿਹੜਾ ਕਿ ਬੜੀ ਵਧੀਆ ਬਿਲਡਿੰਗ ਬਣੀ ਹੋਈ ਆ ਆਰਾਮ ਦਾ ਇੱਕ ਕਮਰੇ ਨੇ ਲਾਈਟ ਦਾ ਵਧੀਆ ਪ੍ਰਬੰਧ ਹੈਗਾ ਪਾਣੀ ਦਾ ਵਧੀਆ ਪ੍ਰਬੰਧ ਹੈਗਾ ਉੱਥੇ ਅਸੀਂ ਇਹ ਸਾਰੀਆਂ ਜਿਹੜੀਆਂ ਹੈਗੀਆਂ ਸਮਾਜਿਕ ਲੋੜਾਂ ਨੇ ਸਮਾਜਿਕ ਸਾਡੀਆਂ ਜਿਹੜੀਆਂ ਵਿਚਾਰਾਂ ਨੇ ਉਹ ਅਸੀਂ ਉਹਨਾਂ ਨੂੰ ਪੂਰਾ ਕਰਦੇ ਆਂ ਔਰ ਅਗਲੀ ਚੀਜ਼ ਹੈਗੀ ਆ ਸਿਕਿਉਰਿਟੀ ਤੋਂ ਅ ਰਾਤ ਸਮੇਂ ਜਿਹੜੀਆਂ ਪਿੰਡ ਦੀ ਸਿਕਿਉਰਿਟੀ ਦੀ ਗੱਲ ਕਰਦੇ ਆਂ ਉਹ ਸਾਡੀਆਂ ਹੈਗੀਆਂ ਸਟ੍ਰੀਟ ਲਾਈਟਾਂ ਔਰ ਮੈਂ ਇਹਦੇ ਲਈ ਸਪੈਸ਼ਲ ਅ ਵਸੀ ਸਟਾਰਟ ਤੇ ਵਧਾਈ ਦੇਣਾ ਚਾਹੂੰਗਾ ਸਾਡੀ ਸਮੂਹ ਪਿੰਡ ਦੀ ਪੰਚਾਇਤ ਨੂੰ ਜਿਨ੍ਹਾਂ ਨੇ ਇੱਕ ਵਧੀਆ ਉਪਰਾਲਾ ਕੀਤਾ ਆ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਆਲੇ-ਦੁਆਲੇ ਔਰ ਪਿੰਡ ਦੀਆਂ ਜਿਹੜੀਆਂ ਮੇਨ ਗਲੀਆਂ ਨੇ ਮੇਨ ਕਾਰ ਨੇ ਉਹਨਾਂ ਦੇ ਵਿੱਚ ਸਟਰੀਟ ਲਾਈਟਾਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਪੰਚਾਇਤ ਵੱਲੋਂ ਤਾਂ ਕਿ ਰਾਤ ਸਮੇਂ ਨਾਤਾ ਆਉਣ ਜਾਣ ਵਾਲੇ ਕਿਸੇ ਵਿਅਕਤੀ ਨੂੰ ਕੋਈ ਪਰੇਸ਼ਾਨੀ ਹੋਵੇ ਔਰ ਇੱਕ ਸਕਿਉਰਿਟੀ ਪਰਪਸ ਦੇ ਵਿੱਚੋਂ ਵੀ ਜਿਹੜਾ ਹੈਗਾ ਉਹ ਚੀਜ਼ ਹੈ ਕਿ ਅਸੀਂ ਆਪਣੇ ਆਪ ਨੂੰ ਹਰੇਕ ਘਰ ਵਾਲਾ ਉਹ ਆਪਣੇ ਆਪ ਨੂੰ ਸੇਫ ਮੰਨਦਾ ਹੈ ਕਿ ਬਾਹਰ ਲਾਈਟਾਂ ਦਾ ਵਧੀਆ ਪ੍ਰਬੰਧ ਹੈਗਾ ਹੈ ਅਜੀ ਇੱਥੇ ਜੋ ਜਗਾ ਖਲੋਤੇ ਆ ਇੱਥੇ ਸੋਲਡ ਵੇਸਟ ਬਣਾਇਆ ਹੈ ਇਸ ਔਲਟ ਵੇਸਟ ਅਸੀਂ ਇੱਕ ਬੰਦਾ ਰੱਖਿਆ ਘਰ-ਘਰ ਵਿੱਚੋਂ ਕਚਰਾ ਲੈ ਕੇ ਆਉਂਦਾ ਹੈ ਲਫਾਫੇ ਲਿਆਉਂਦਾ ਹੈ ਜੋ ਵੀ ਪਿੰਡ 'ਚ ਕਚਰਾ ਹੈ ਉਹ ਸਾਰਾ ਇੱਥੇ ਆਉਂਦਾ ਹੈ ਤੇ ਉਹ ਕਚਰਾ ਇੱਥੇ ਔਣ ਕਰਕੇ ਪਿੰਡ ਬਹੁਤ ਸਾਫ਼ ਸੁਥਰਾ ਹੋ ਚੁੱਕਿਆ ਹੈ ਤੇ ਪਿੰਡ ਗੰਦਗੀ ਤੋਂ ਮੁਕਤ ਹੋ ਚੁੱਕਿਆ ਹੈ ਤੇ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਮਾਦੀ ਸਹਾਇਤਾ ਦਿੱਤੀ ਹੈ ਇਸ ਪ੍ਰੋਜੈਕਟਾਂ ਨੂੰ ਸਿਰੇ ਚਾੜ੍ਹਨ ਲਈ ਅਸੀਂ ਇਸ ਟਾਈਮ 40-45 ਲੱਖ ਰੁਪਏ ਪਿੰਡ ਤੇ ਲਾ ਚੁੱਕੇ ਹਾਂ 2 ਸਾਲਾਂ 'ਚ ਤੇ ਅਸੀਂ ਪੰਜਾਬ ਸਰਕਾਰ ਅਤੇ ਆਪਣੇ ਜਲਪਾਗ ਦਾ ਬਹੁਤ ਧੰਵਾਦੀ ਹਾਂ ਵੀਡੀਓ ਦਫ਼ਤਰ ਪੁੰਨੇੜੀ ਬਲਕ ਪੁੰਨੇੜੀ ਦਾ ਜਿਨ੍ਹਾਂ ਨੇ ਸਾਡਾ ਜੋ ਵੀ ਅਸੀਂ ਸਮੱਸਿਆ ਉਹਨੂੰ ਦੱਸੀ ਦੀ ਹੈ ਜਾ ਕੇ ਸਾਡੀ ਤੁਰੰਤ ਹੱਲ ਕਰਦੇ ਹਨ ਅਤੇ ਆਪ ਪਹੁੰਚ ਕੇ ਸਾਨੂੰ ਦੱਸਦੇ ਹਨ ਗਾਈਡ ਕਰਦੇ ਹਨ ਵੀ ਤੁਸੀਂ ਇਦਾਂ ਕਰੋ ਤੇ ਤਾਂ ਕਰਕੇ ਸਾਡਾ ਪਿੰਡ ਲੱਗ ਲੱਗੇ ਪਿੰਡਾਂ ਨਾਲੋਂ ਬਹੁਤ ਸੁੰਦਰ ਬਣ ਚੁੱਕਿਆ ਹੈ ਅਸੀਂ ਧੰਨਵਾਦ ਕਰਦੇ ਹਾਂ ਚੈਨਲ ਸੱਤ ਰੰਗ ਦਾ ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਕਵਰੇਜ ਕੀਤੀ ਹੈ ਤੇ ਸਾਡੇ ਦੇਸ਼ ਦੇ ਵਿਦੇਸ਼ ਵਿੱਚ ਇਹ ਪ੍ਰੋਗਰਾਮ ਦਿਖਾਇਆ ਜਾ ਰਿਹਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਿੰਡ 'ਚ ਆਉਣ ਦਾ ਸੱਤ ਰੰਗ ਚੈਨਲ ਦਾ ਜੀ ਮੇਰਾ ਨਾਮ ਗੁਰਲੀਨ ਕੌਰ ਹੈ ਮੈਂ ਪਿੰਡ ਦੇਵਿੰਨਗਰ ਸਵੈਸਿੰਗ ਵਾਲੇ ਦੀ ਰਹਿਣ ਵਾਲੀ ਹਾਂ ਮੇਰੇ ਪਿੰਡ ਵਿੱਚ ਚੱਲ ਰਹੀ ਸੋਲਿਡ ਵੇਸਟ ਸਕੀਮ ਤਹਿਤ ਮੈਂ ਆਪਣੇ ਘਰ ਦਾ ਸੋਲਿਡ ਵੇਸਟ ਨੂੰ ਇਕੱਠਾ ਕਰਕੇ ਉਹਨਾਂ ਦੀਆਂ ਵੱਖ-ਵੱਖ ਚੀਜ਼ਾਂ ਬਣਾਈਆਂ ਹਨ ਜਿਵੇਂ ਡਸਟਬਿਨ ਸ਼ਗਨ ਵਾਲੀਆਂ ਟੋਕਰੀਆਂ ਸਪੀਕਰ ਉਹਨਾਂ ਵਿੱਚ ਫੁੱਲ ਬੁੱਤੇ ਲਗਾਏ ਹਨ ਇਸ ਨਾਲ ਆਪਣੇ ਘਰ ਹੋਰ ਵੀ ਸੋਹਣੇ ਬਣ ਜਾਂਦੇ ਹਨ ਮੈਂ ਆਪਣੇ ਨਾਲ ਦੀਆਂ ਹੋਰ ਕੁੜੀਆਂ ਨੂੰ ਵੀ ਇਹ ਪ੍ਰੇਰਨਾ ਦੇਣਾ ਚਾਹੂੰਗੀ ਕਿ ਆਪਾਂ ਆਪਣੇ ਘਰ ਵਿੱਚ ਐਵੇਂ ਜਿਹੀਆਂ ਚੀਜ਼ਾਂ ਬਣਾ ਕੇ ਆਪਣੇ ਘਰ ਨੂੰ ਹੋਰ ਸੋਹਣਾ ਬਣਾਈਏ ਜਿਸ ਨਾਲ ਆਪਣਾ ਕੁਦਰਤ ਨਾਲ ਹੋਰ ਵੀ ਪਿਆਰ ਵਧੂਗਾ ਤੇ ਆਪਾਂ ਕੁਦਰਤ ਨਾਲ ਹੋਰ ਜੁੜਾਂਗੇ ਪਿੰਡ ਦੀ ਨਵਹਾਰ ਬਦਲ ਦੇ ਤਹਿਤ ਸਾਡੀ ਇੱਕ ਸਮੱਸਿਆ ਸੀ ਕਿ ਜਿਹੜਾ ਸਾਡੇ ਪਿੰਡ ਦਾ ਵੇਸਟੇਜ ਪਾਣੀ ਹੈ ਅਸੀਂ ਉਸ ਪਾਣੀ ਦਾ ਸਹੀ ਤਰੀਕੇ ਨਾਲ ਨਿਪਟਾਰਾ ਕਿਵੇਂ ਕਰੀਏ ਔਰ ਉਹਨੂੰ ਯੂਜ਼ ਕਿਵੇਂ ਕਰੀਏ ਤਾਂ ਫਿਰ ਸਾਡੋ ਪਤਾ ਲੱਗਿਆ ਸੀਚੇਵਾਲ ਮਾਡਲ ਦਾ ਫਿਰ ਅਸੀਂ ਇੱਕ ਪਿੰਡ ਦੀ ਟੀਮ ਬਣਾਈ ਔਰ ਟੀਮ ਦੇ ਤਹਿਤ ਅਸੀਂ ਜਿਹੜਾ ਸੀਗਾ ਪਿੰਡ ਸਿਚੇਵਾਲ ਜਾ ਕੇ ਸਿਚੇਵਾਲ ਮਾਡਲ ਨੂੰ ਦੇਖਿਆ ਕਿ ਉਹਨਾਂ ਨੇ ਕਿਵੇਂ ਬਣਾਇਆ ਕਿਵੇਂ ਪਾਣੀ ਦੀ ਸਾਂਭ ਸੰਭਾਲ ਕਰਦੇ ਨੇ ਔਰ ਵੇਸਟ ਪਾਣੀ ਜਿਹੜਾ ਆ ਉਹਨੂੰ ਵਰਤਦੇ ਕਿਵੇਂ ਨੇ ਸੋ ਉਹਦੇ ਤਹਿਤ ਹੀ ਅਸੀਂ ਫਿਰ ਜਦੋਂ ਆਪਣੇ ਪਿੰਡ ਵਾਪਸ ਆਏ ਔਰ ਸਾਡੀ ਟੀਮ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਔਰ ਸਰਕਾਰ ਨੂੰ ਰਿਕੁਐਸਟ ਕੀਤੀ ਔਰ ਪ੍ਰਸ਼ਾਸਨ ਨੇ ਸਾਡੀ ਬੜੀ ਸਪੋਰਟ ਕੀਤੀ ਉਸ ਚੀਜ਼ ਦੇ ਵਿੱਚ ਕਿ ਸਾਨੂੰ ਪਿੰਡ ਦੇ ਵਿੱਚ ਸਿਚੇਵਾਲ ਮਾਡਲ ਦੇ ਤਹਿਤ ਸਾਨੂੰ ਜਿਹੜਾ ਸੀ ਇਹ ਪ੍ਰੋਜੈਕਟ ਦਿੱਤਾ ਹੁਣ ਜੀ ਦੇ ਤਹਿਤ ਅਸੀਂ ਪਿੰਡ ਦਾ ਜਿੰਨਾ ਵੀ ਵੇਸਟ ਪਾਣੀ ਹੈਗਾ ਆ ਉਹਨੂੰ ਅ ਜਿਹੜੀਆਂ ਸਾਡੇ ਇੱਥੇ ਸਿਚੇਵਲ ਮਾਡਲ ਦੇ ਤਹਿਤ ਸਾਡੀਆਂ ਹੋਧੀਆਂ ਬਣੀਆਂ ਨੇ ਸਾਡੇ ਖੂਹ ਬਣੇ ਨੇ ਔਰ ਉਸ ਪਾਣੀ ਨੂੰ ਫਿਰ ਦੁਬਾਰਾ ਅਸੀਂ ਜਿਹੜੀ ਪਿੰਡ ਦੀ ਸਾਂਝੀ ਜ਼ਮੀਨ ਹੈ ਸਾਡੀ ਸ਼ਾਮਲਾੜ ਜ਼ਮੀਨ ਹੈ ਉੱਥੇ ਜਾ ਕੇ ਅਸੀਂ ਉਸ ਪਾਣੀ ਨੂੰ ਜਿਹੜਾ ਸਿੰਚਾਈ ਯੋਗ ਬਣਾ ਲਿਆ ਇੱਥੇ ਟ੍ਰੀਟ ਕਰਕੇ ਔਰ ਉੱਥੇ ਪਾਣੀ ਜਿਹੜਾ ਹੈਗਾ ਅਸੀਂ ਉਹਨੂੰ ਵਰਤਦੇ ਹੈਗੇ ਹਾਂ ਜੀ ਸੋ ਇਹਦੇ ਨਾਲ ਇੱਕ ਤਾਂ ਸਾਡੀ ਸਮੱਸਿਆ ਇਹ ਹੋ ਗਈ ਕਿ ਸਾਡਾ ਜਿਹੜਾ ਗਲੀਆਂ ਨਾਲੀਆਂ ਦੀ ਸਫਾਈ ਦੀ ਬੜੀ ਸਮੱਸਿਆ ਆਉਂਦੀ ਸੀਗੀ ਔਰ ਦੂਸਰਾ ਜਿਹੜਾ ਸੀਗਾ ਕਿ ਪਿੰਡ ਦੇ ਵਿੱਚ ਜਿਹੜੀ ਹੈਗੀ ਸੀ 스멜 ਦੀ ਬੜੀ ਦਿੱਕਤ ਸੀਗੀ ਔਰ ਉਸ ਇਝਾ ਹੁਣ ਇੱਕ ਤਾਂ ਪਿੰਡ ਸਾਡਾ ਸਾਫ ਸੁਥਰਾ ਹੋ ਗਿਆ ਔਰ ਦੂਜਾ ਜਿਹੜਾ ਸੀਗਾ ਕਿ ਸਾਡੀ ਜਿਹੜਾ ਰੋਜ਼ਾਨਾ ਵਰਤੋਂ ਵਾਲਾ ਪਾਣੀ ਹੈ ਉਹ ਸਾਡਾ ਜਿਹੜਾ ਹੈਗਾ ਹੁਣ ਉਹ ਵਰਤੋਂ ਦੇ ਵਿੱਚ ਆਉਣ ਲੱਗ ਗਿਆ ਔਰ ਸਾਡੀ ਪਾਣੀ ਦੀ ਵੇਸਟੇਜ ਜਿਹੜੀ ਸੀ ਉਹ ਬੰਦ ਹੋ ਗਈ ਜੀ ਸੋ ਇਹ ਕੁਝ ਚੀਜ਼ਾਂ ਸੀਗੀਆਂ ਮੇਰੇ ਪਿੰਡ ਦੀਆਂ ਜਿਹੜੀਆਂ ਕਿ ਮੈਂ ਦੱਸਣਾ ਚਾਹੁੰਦਾ ਸੀਗਾ ਔਰ ਇਹਦੇ ਲਈ ਮੈਂ ਵਧਾਈ ਵੀ ਦੇਣੀ ਚਾਹੂੰਗਾ ਪੂਰੇ ਪਿੰਡ ਵਾਸੀਆਂ ਨੂੰ ਕਿਉਂਕਿ ਪੂਰੇ ਪਿੰਡ ਵਾਸੀਆਂ ਦਾ ਇੱਕ ਬੜਾ ਵੱਡਾ ਸਹਿਯੋਗ ਹੈ ਔਰ ਮੈਂ ਵਧਾਈ ਦੇਣੀ ਚਾਹੂੰਗਾ ਸਮੂਹ ਪੰਚਾਇਤ ਨੂੰ ਔਰ ਜਿੰਨੇ ਵੀ ਸਾਡੇ ਪਿੰਡ ਦੇ ਸਮੂਹ ਨੁਮਾਇੰਦੇ ਨੇ ਉਹਨਾਂ ਸਾਰਿਆਂ ਦੇ ਸਹਿਯੋਗ ਨਾਲ ਉਹਨਾਂ ਸਾਰਿਆਂ ਦੇ ਵਿਚਾਰਾਂ ਨਾਲ ਕਿਉਂਕਿ ਅਸੀਂ ਜੋ ਵੀ ਇਹ ਫੈਸਲੇ ਲਏ ਨੇ ਜਾਂ ਜੋ ਵੀ ਅਸੀਂ ਇਹ ਕੰਮ ਕੀਤੇ ਨੇ ਪੂਰੇ ਪਿੰਡ ਦੀ ਸਹਿਮਤੀ ਦੇ ਨਾਲ ਔਰ ਪੂਰੇ ਪਿੰਡ ਦੇ ਸਹਿਯੋਗ ਦੇ ਨਾਲ ਅੱਗੇ ਵੀ ਅਸੀਂ ਯਤਨਸ਼ੀਲ ਰਵਾਂਗੇ ਕਿ ਜਿਹੜੇ ਅਗਲੀਆਂ ਸਾਡੀਆਂ ਲੋੜਾਂ ਨੇ ਸਾਡੇ ਬੁਨਿਆਦੀ ਚੀਜ਼ਾਂ ਨੇ ਜਿਹੜੀਆਂ ਸਾਨੂੰ ਚਾਹੀਦੀਆਂ ਨੇ ਵਧੀਆ ਸਮਾਜ ਦੀ ਸਿਰਜਣਾ ਲਈ ਪਰਿਵਾਰਕ ਜਿਹੜੀਆਂ ਸਾਂਝਾਂ ਨੂੰ ਵਧਾਉਂਦੀਆਂ ਨੇ ਜਿਹੜੀਆਂ ਸਮਾਜਿਕ ਸਾਂਝਾਂ ਨੂੰ ਵਧਾਉਣੀ ਹੈ ਵਧਾਉਂਦੀਆਂ ਨੇ ਅਸੀਂ ਉਹਨਾਂ ਤੇ ਲਗਾਤਾਰ ਕੰਮ ਕਰਦੇ ਰਹੀਏ ਔਰ ਚਾਹੁੰਦੇ ਵੀ ਹਾਂ ਅਸੀਂ ਕਿ ਇਸ ਚੰਗੀ ਸੋਚ ਨੂੰ ਲੈ ਕੇ ਸਾਰਾ ਸਾਡਾ ਪੂਰਾ ਪਿੰਡ ਤੁਰਿਆ ਆ ਔਰ ਸਾਨੂੰ ਇੱਕ ਫੀਡਬੈਕ ਵੀ ਦਿੰਦੇ ਰਹੋ ਕਿ ਹੋਰ ਇਹਦੇ ਵਿੱਚ ਬਿਹਤਰ ਕੀ ਕੀਤਾ ਜਾ ਸਕਦਾ ਤਖੀਰ ਦੇ ਵਿੱਚ ਮੈਂ ਚੈਨਲ ਸੱਤ ਰੰਗ ਦੀ ਆਈ ਹੋਈ ਸਾਰੀ ਟੀਮ ਦਾ ਤਹਿ ਦਿਲੋਂ ਪਿੰਡ ਵਾਸੀਆਂ ਵੱਲੋਂ ਔਰ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਜਿਹੜੇ ਚੰਗੇ ਉਪਰਾਲੇ ਨੇ ਉਹ ਲਗਾਤਾਰ ਕਰਦੇ ਰਹਿਣਗੇ ਜੀ ਬਹੁਤ ਬਹੁਤ ਮਿਹਰਬਾਨੀ